ਵਿਧਾਇਕ ਕੁਲਵੰਤ ਰਾਮ ਬਾਜ਼ੀਗਰ ਦੇ ਦਫ਼ਤਰ 'ਚ ਭਾਜਪਾ ਸਥਾਪਨਾ ਦਿਵਸ ਮਨਾਇਆ ਗਿਆ, ਜਿੱਥੇ ਵੱਡੀ ਸੰਖਿਆ 'ਚ ਪਹੁੰਚੇ ਪਾਰਟੀ ਵਰਕਰਾਂ ਨੇ ਤਸਵੀਰਾਂ ਅਤੇ ਫੁੱਲਾਂ ਦੇ ਹਾਰ ਚੜ੍ਹਾ ਕੇ ਵਧਾਈਆਂ ਦਿੱਤੀਆਂ। ਉੱਥੇ ਹੀ ਹੁਸ਼ਿਆਰਪੁਰ 'ਚ ਵੀ ਬੀਜੇਪੀ ਵੱਲੋਂ ਸਥਾਪਨਾ ਦਿਵਸ ਮਨਾਇਆ ਗਿਆ। ਪ੍ਰਦੇਸ਼ ਮੇਂ, ਡਿਸਟ੍ਰਿਕਟੋਂ ਮੇਂ, ਹਲਕੇ ਮੇਂ ਔਰ ਬੂਥ ਸਤਰ ਪਰ ਭਾਰਤੀ ਜਨਤਾ ਪਾਰਟੀ ਕਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਨੀਚੇ BLA 2 ਸੇ ਲੇਕਰ ਹਮਾਰੇ ਰਾਸ਼ਟਰੀ ਅਧਿਕਸ ਤੱਕ ਆਜ ਦਿਵਸ ਪਰ ਜ਼ਰੂਰ ਪਹੁੰਚ ਕਰ ਪਾਰਟੀ ਕਾ ਦਿਵਸ ਮਨਾ ਰਹੇ ਹੈ, ਕਿਉਂਕਿ 1951 ਮੇਂ ਦਸੰਬਰ 1951 ਮੇਂ ਜਨਸੰਘ ਦੀ ਸਥਾਪਨਾ ਹੋਈ ਥੀ। ਅੱਜ ਬੜੀ ਧੂਮਧਾਮ ਨਾਲ ਸਥਾਪਨਾ ਦਿਵਸ MLA ਕਰਾਲਿਆ ਇੱਥੇ ਵਿਧਾਇਕ ਸਾਹਿਬ ਦੇ ਮਨਾਇਆ ਗਿਆ, ਪਰ ਬਹੁਤ ਹੀ ਧੂਮਧਾਮ ਨਾਲ ਸਾਰੇ ਵਰਕਰ ਪਦ ਅਧਿਕਾਰੀ ਸਾਰੇ ਪਹੁੰਚੇ ਹੋਏ ਸਨ ਔਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਔਰ ਮੈਂ ਸਾਰੇ BJP ਪਾਰਟੀ ਵੱਲੋਂ ਸਭ ਨੂੰ ਜ਼ਿਲ੍ਹਾ ਅਧਿਕਸ਼ ਬਣਿਆ ਮੈਂ ਔਰ ਸਾਰੀ BJP ਪਾਰਟੀ ਵੱਲੋਂ ਮੈਂ ਸਭ ਨੂੰ ਵਧਾਈ ਦਿੰਦਾ ਸਥਾਪਨਾ ਦਿਵਸ। ਵਿਧਾਨ ਸਭਾ ਚੋਣਾਂ ਦੇ ਅੰਦਰ ਜੋ ਹੋਇਆ ਉਹ ਪੂਰੇ ਪੰਜਾਬ ਦੇ ਅੰਦਰ ਹੀ ਹੋਇਆ, ਉਹਦਾ ਕੋਈ ਇਕੱਲੇ ਹੁਸ਼ਿਆਰਪੁਰ ਦੇ ਨਾਲ ਕੋਈ ਲਿੰਕ ਨਹੀਂ, ਪਿਛਲੇ 3-4 ਕੋਲ ਨਹੀਂ, ਕੋਈ ਗੁੱਟਬਾਜ਼ੀ ਨਹੀਂ। ਹੁਸ਼ਿਆਰਪੁਰ ਦੇ ਅੰਦਰ ਸਾਡੇ ਮਾਨੀਏ ਸਨਮਾਨੀਏ ਸਾਡੇ ਕੇਂਦਰੀ ਮੰਤਰੀ ਵਿਜੇ ਸਾਵਲਾ ਜੀ ਨੇ, ਸਾਡੇ ਰਾਸ਼ਟਰੀ ਉਪਾਧਿਅਕਸ਼ ਅਵਿਨਾਸ਼ ਰਾਏ ਖੰਨਾ ਜੀ, ਤੀਕਸ਼ਣ ਸੂਦ ਜੀ, ਇਹਨਾਂ ਦੇ ਮਾਰਗਦਰਸ਼ਨ ਦੇ ਅੰਦਰ ਹੁਸ਼ਿਆਰਪੁਰ ਦੇ ਕਾਰਜਕਰਤਾ ਬਹੁਤ ਅੱਛੇ ਢੰਗ ਨਾਲ ਕੰਮ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਪੂਰੇ ਜ਼ਿਲ੍ਹੇ 'ਚ ਮੰਡਲ ਸਤਰ 'ਤੇ ਮਨਾਇਆ ਜਾ ਰਿਹਾ ਔਰ 13 ਜਗ੍ਹਾ ਇਹ ਮਨਾਇਆ ਜਾ ਰਿਹਾ। ਜ਼ਿਲ੍ਹਾ ਸਤਰੀ ਦਾ ਜ਼ਿਲ੍ਹੇ ਵੱਲੋਂ ਇੱਥੇ ਮਾਡਲ ਟਾਊਨ ਕਲੱਬ ਵਿਖੇ ਕੀਤਾ ਗਿਆ, ਬੜਾ ਅੱਛਾ ਕਾਰਜਕ੍ਰਮ ਹੈ। ਸਾਰੀ ਲੀਡਰਸ਼ਿਪ ਨੇ ਅੱਜ ਕਾਰਜਕਰਤਾ ਨੂੰ ਵਧਾਈ ਦਿੱਤੀ ਹੈ।